ਮਕੇਰੀਆ 'ਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ 'ਚ ਕਾਂਗਰਸ ਦੀ ਉਮੀਦਵਾਰ ਇੰਦੂ ਬਾਲਾ ਨੇ ਚੋਣ ਪ੍ਰਚਾਰ ਦਫ਼ਤਰ ਖੋਲ੍ਹ ਦਿੱਤਾ, ਜਿਸ ਦਾ ਮਕੇਰੀਆ ਵਿਧਾਨ ਸਭਾ ਖੇਤਰ ਕਾਂਗਰਸ ਇੰਚਾਰਜ ਸੰਗਤ ਸਿੰਘ ਗਿਲਜੀਆ ਨੇ ਰੀਬਨ ਕੱਟ ਕੇ ਇਸ ਦਾ ਉਦਘਾਟਨ ਕੀਤਾ। ਅੱਜ ਅਸੀਂ ਮਕੇਰੀਆ ਦੇ ਵਿੱਚ ਦਫ਼ਤਰ ਦਾ ਉਦਘਾਟਨ ਜਿਹੜਾ ਮੈਂ ਔਰ ਮੇਰੇ ਸਾਥੀ ਜਿੰਨੇ ਵਰਕਰ ਸਾਥੀ MLA ਦੱਤੀ ਜੀ ਆਏ ਨੇ, ਜੋਗਿੰਦਰ ਜੀ ਆਏ ਨੇ ਅਤੇ ਸਾਰੇ ਸਰਕਾਰ ਜੋ ਜਿੰਨੇ ਵਰਕਰ ਆ ਪਿੰਡਾਂ ਵਿੱਚੋਂ ਸ਼ਹਿਰ ਦੇ ਸਾਰੇ ਪਤਵੰਤੇ ਸਾਥੀ ਆਏ ਨੇ ਅਤੇ ਅਸੀਂ ਇਸ ਮੁਹਿੰਮ ਨੂੰ ਤੇਜ਼ ਕਰਨ ਵਾਸਤੇ ਮਕੇਰੀਆਂ GT ਰੋਡ ਦੇ ਉੱਤੇ ਦਫ਼ਤਰ ਖੋਲ੍ਹਿਆ। ਵੈਸੇ ਤਾਂ ਦਫ਼ਤਰ ਸਾਡਾ ਅੱਗੇ ਘਰ ਚੱਲਦਾ ਸੀ ਅਤੇ ਅਸੀਂ ਇਹਨੂੰ ਤੇਜ਼ ਕਰਨ ਵਾਸਤੇ ਜਿਹੜਾ ਦਫ਼ਤਰ ਸ਼ਹਿਰ ਦੇ ਗੱਭੇ ਲੈ ਕੇ ਆਏ ਹਾਂ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਨੂੰ ਬਹੁਤ ਵੱਡੀ ਸਪੀਡ ਦੇ ਨਾਲ ਤੇਜ਼ ਕਰ ਰਹੇ ਹਾਂ ਅਤੇ ਡੋਰ ਟੂ ਡੋਰ ਕੰਪੇਨ ਕਰ ਰਹੇ ਹਾਂ ਅਤੇ ਮੈਨੂੰ ਪੂਰਾ ਭਰੋਸਾ ਕਿ ਇਹਨੂੰ ਅਸੀਂ ਬੜੇ ਵੱਡੇ ਮਾਰਜਨ ਨਾਲ ਇਸ ਸੀਟ ਨੂੰ ਜਿੱਤਾਂਗੇ। ਮੈਂ ਕਾਂਗਰਸ ਪਾਰਟੀ ਦੀ 25-26 ਸਾਲ ਸੇਵਾ ਕੀਤੀ ਔਰ ਡਾਕਟਰ ਕੇਵਲ ਕ੍ਰਿਸ਼ਨ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਉਗਰਵਾਦ ਦੇ ਟਾਈਮ 'ਚ ਲਿਆ ਰਿਹਾ। ਉਹਨਾਂ ਦੇ ਸਦਕੇ ਉਹਨਾਂ ਨੇ ਮੈਨੂੰ OBC ਕਮਿਸ਼ਨ ਪੰਜਾਬ ਦਾ ਮੈਂਬਰ ਬਣਾਇਆ ਔਰ ਮੈਂ ਇਹਨਾਂ ਦੇ ਨਾਲ 12 ਤੱਕ ਇਲੈਕਸ਼ਨ ਦੇ ਵਿੱਚ ਸਾਥ ਦਿੱਤਾ। ਹੁਣ ਮੈਂ ਆਪਣੇ ਸਾਥੀ ਜਿਹੜੇ ਮੇਰੇ 12-14 ਸਾਥੀ ਸੀਗੇ ਉਹਨਾਂ ਦੇ ਨਾਲ ਮੁੜ ਕੇ ਆਪਣੇ ਘਰ ਵਾਪਸੀ ਕੀਤੀ ਆ ਔਰ ਮੈਂ ਗਿਲਜੀਆ ਸਾਹਿਬ ਨੂੰ ਭਰੋਸਾ ਦਿਵਾਵਾਂਗਾ ਕਿ ਅਸੀਂ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਨੂੰ ਇੱਥੋਂ ਜਿਤਾਵਾਂਗੇ, ਅੱਛੀਆਂ ਵੋਟਾਂ ਦੇ ਨਾਲ ਜਿਤਾਵਾਂਗੇ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ।